ਨਾਜ਼ਰੀਨ ਨੇ ਸੋਹਣੀ ਲੱਗਣ ਲਈ ਨਾ ਅੱਜ ਇੱਕ ਖਾਸ ਪ੍ਰੋਗਰਾਮ ਮੈਂ ਅੱਜ ਕਰਨ ਆਈ ਹਾਂ ਪ੍ਰੋਗਰਾਮ ਕਿਹਦੇ ਨਾਲ ਕਰਨ ਆਈ ਹਾਂ ਇੱਥੇ ਤੁਹਾਨੂੰ ਬਾਅਦ 'ਚੋਂ ਦੱਸਾਂਗੀ ਮੈਂ ਪਾਉਣ ਆਈ ਹਾਂ ਸਿਆਪਾ ਅੱਜ ਕਿਸੇ ਦੇ ਘਰ ਕੌਣ ਨੇ ਬਹੁਤ ਵੱਡਾ ਨਾਮ ਬਹੁਤ ਵੱਡੇ ਕਾਮੇਡੀਅਨ ਬਹੁਤ ਵੱਡੇ ਐਕਟਰ ਬਹੁਤ ਹੀ ਵਧੀਆ ਡਾਇਰੈਕਟਰ ਵੀ ਨੇ ਰਾਈਟਰ ਵੀ ਨੇ ਚਲੋ ਤੁਹਾਨੂੰ ਮਿਲਵਾਵਾਂ ਉਹਨਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਈਦ ਵਾਲੇ ਦਿਨ ਮਾਰਾਂਗੀ ਛਾਪਾ ਮੈਂ ਦੇਖਦੀ ਹਾਂ ਕਿ ਈਦ ਕਿੰਝ ਮਨਾਉਂਦੇ ਆ ਬੈੱਲ ਕਿੱਥੇ ਆ ਦੇਖਦੇ ਹਾਂ ਕੌਣ ਆਉਂਦਾ ਬੁਆ ਮੇਰੇ ਨਵਾਜ ਸਰ ਮੈਂ ਭਲਾ ਹੋਵੇ ਪਤਰਾਨਾ ਦੇ ਦਿੱਤਾ ਸਰ ਮੈਂ ਵਾਂ ਮੈਂ ਕੌਣ ਮੈਂ ਅਬੀਰਾ ਖਾਨ ਆ ਅਬੀਰਾ ਖਾਨ ਹਾਂਜੀ ਮੈਂ ਵਾਂ ਮੈਂ ਚੈਨਲ ਤੋਂ ਸੌਰੀ 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 ਮੈਂ ਸਮਝਿਆ ਕਿ ਮੰਗਣ ਵਾਲੀ ਹੈ ਸੱਚੀ ਮੈਂ ਮੰਗਣ ਵਾਲੀ ਲੱਗਦੀ ਪਈ ਸਰ ਨਹੀਂ ਲੱਗਦੀ ਤਾਂ ਨਹੀਂ ਹਾਏ ਅੱਜ ਤੇ ਮੈਂ ਈਦ ਵਾਲੇ ਦਿਨ ਹੀ ਛਾਪਾ ਮਾਰ ਲਿਆ ਅੱਛਾ ਹਾਂਜੀ ਮੈਂ ਕਿ ਮੈਂ ਬਾਹਰ ਜੋ ਲੋਕਾਂ ਨੂੰ ਸਿਆਪਾ ਪਾਉਂਦੀ ਅੱਜ ਤੁਹਾਨੂੰ ਕਿਉਂ ਨਾ ਪਾਵਾਂ ਸਿਆਪਾ ਚਲੋ ਜੀ ਨਾਜ਼ਰੀਨ ਮੇਰੇ ਨਾਲ ਅੱਜ ਮੌਜੂਦ ਨੇ ਬਹੁਤ ਵੱਡਾ ਇੱਕ ਨਾਮ ਵੈਸੇ ਤਾਂ ਤਾਰੁਫ ਕਰਵਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਣੇ ਆ ਇੰਨਾ ਉਹਨਾਂ ਨੇ ਕੰਮ ਕੀਤਾ ਇੰਨਾ ਕੀਤਾ ਵਾ ਇਹ ਤਾਂ ਮੈਨੂੰ ਨਹੀਂ ਪਤਾ ਕਿੰਨਾ ਕੀਤਾ ਵਾ ਕਿੰਨੇ ਸਾਲਾਂ ਤੋਂ ਕੀਤਾ ਲੇਕਿਨ ਮੈਂ ਉਹਨਾਂ ਕੋਲ ਪੁੱਛ ਕੇ ਅੱਜ ਜਾਣਾ ਵਾ ਕਿ ਮੈਂ ਇਹਨਾਂ ਨੂੰ ਵਾਹਵਾ ਦੇਰ ਤੋਂ ਦੇਖ ਰਹੀ ਹਾਂ ਇਹਨਾਂ ਦੀ ਕਾਮੇਡੀ ਬਹੁਤ ਵੱਡੀ ਆ ਇਹਨਾਂ ਦੀ ਐਕਟਿੰਗ ਬਹੁਤ ਵਧੀਆ ਵਾ ਅਤੇ ਨਾਲੇ ਡਾਇਰੈਕਟਰ ਵੀ ਨੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਰ ਕਿੱਦਾਂ ਤੁਸੀਂ ਵਧੀਆ ਮੈਂ ਵਧੀਆ ਬਹੁਤ ਵਧੀਆ ਸਰ ਮੈਨੂੰ ਇਹ ਦੱਸੋ ਕਿ ਤੁਸੀਂ ਐਕਟਰ ਵੀ ਹੋ ਡਾਇਰੈਕਟਰ ਵੀ ਹੋ ਕਾਮੇਡੀਅਨ ਵੀ ਹੋ ਇੰਨੇ ਕੰਮ ਕਿੰਝ ਕਰ ਲੈਂਦੇ ਹੋ ਹਾਂਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਮੈਨੂੰ ਤਕਰੀਬਨ ਮਾਸ਼ਾਅੱਲਾ ਤਕਰੀਬਨ 28 ਸਾਲ ਤੋਂ ਉੱਪਰ ਦਾ ਹੀ ਅਰਸਾ ਹੋ ਗਿਆ ਆਪਣਾ ਸਟਾਰਟ ਲਿਆ ਸੀ ਤੁਸੀਂ ਸਟੇਜ ਡਰਾਮੇ ਤੋਂ ਜੀ ਸਟੇਜ ਤੋਂ ਅੱਛਾ ਸਰ ਵੈਸੇ ਮੈਂ ਹੋਰ ਵੀ ਜਿਹੜੇ ਕਾਮੇਡੀਅਨ ਨੇ ਵੱਡੇ ਨਾਮ ਨੇ ਉਹਨਾਂ ਨਾਲ ਵੀ ਮੈਂ ਪ੍ਰੋਗਰਾਮ ਕੀਤੇ ਪਰ ਮੈਨੂੰ ਡਰ ਨਹੀਂ ਲੱਗਾ ਕਿਸੇ ਕੋਲੋਂ ਤੁਹਾਡੇ ਕੋਲੋਂ ਲੱਗ ਰਿਹਾ ਅੱਜ ਡਰ ਉਹ ਕਿਉਂ ਪਤਾ ਨਹੀਂ ਕਿਉਂ ਤੁਸੀਂ ਵੈਸੇ ਸੀਰੀਅਸ ਸੀਰੀਅਸ ਸੀ ਜਦੋਂ ਮੈਂ ਆਈ ਤੁਸੀਂ ਇੰਝ ਘਰ ਰਹਿੰਦੇ ਸੀਰੀਅਸ ਦੇਖੋ ਹਰ ਬੰਦੇ ਦਾ ਇੱਕ ਜਿਹੜਾ ਉਹਦਾ ਕੰਮ ਹੁੰਦਾ ਨਾ ਜਿਹੜਾ ਉਹਦਾ ਪੈਸ਼ਨ ਹੁੰਦਾ ਉਹਦੇ 'ਚ ਬੰਦੇ ਨੂੰ ਥੋੜ੍ਹਾ ਜਿਹਾ ਆਮ ਜ਼ਿੰਦਗੀ 'ਚ ਵੱਖਰਾ ਹੁੰਦਾ ਮਤਲਬ ਤੁਸੀਂ ਡਾਕਟਰ ਨੂੰ ਕਦੀ ਵੇਖਿਆ ਕਿ ਸੜਕ 'ਤੇ ਐਵੇਂ ਟੁਰਿਆ ਜਾਂਦਾ ਟੀਕਾ ਲਾ ਦੇਵੇ ਕਿਸੇ ਨੂੰ ਵਕੀਲ ਨੂੰ ਵੇਖਿਆ ਕਿਤੇ ਐਵੇਂ ਖਲੋਤਾ ਬਹਿਸ ਕਰੀ ਜਾ ਰਿਹਾ ਹੋਵੇ ਨਹੀਂ ਠੀਕ ਹੈ ਫਿਰ ਇਸੇ ਤਰ੍ਹਾਂ ਸਾਡਾ ਕੰਮ ਵੀ ਹੈ ਜਦੋਂ ਅਸੀਂ ਆਪਣਾ ਕੰਮ 'ਤੇ ਜਾਣਾ ਨਾ ਉਦੋਂ ਕਾਮੇਡੀ ਕਰਨੀ ਹਾਂ ਇਹ ਤਾਂ ਹੈ ਕਾਮੇਡੀ ਮੇਰਾ ਐਕਟਿੰਗ ਮੇਰਾ ਬਿਜ਼ਨਸ ਹੈ ਮੇਰਾ ਕੰਮ ਹੈ ਅਤੇ ਮੈਂ ਜਦੋਂ ਆਪਣੇ ਕੰਮ 'ਤੇ ਜਾਂਦਾ ਫਿਰ ਮੈਂ ਕੰਮ 'ਤੇ ਆਪਣਾ ਉਸ ਤਰ੍ਹਾਂ ਦਾ ਕਾਰੀਗਰ ਹੁੰਦਾ ਮਿਸਾਲ ਦੇ ਤੌਰ 'ਤੇ ਮਜ਼ਦੂਰ ਜਦੋਂ ਮਜ਼ਦੂਰੀ ਕਰਨ ਜਾਂਦਾ ਉਦੋਂ ਇੱਟਾਂ ਚੁੱਕਦਾ ਆਪਣੇ ਘਰ ਆ ਕੇ ਕੋਈ ਸਿਰ 'ਤੇ ਕੋਈ ਤਸਲਾ ਚੁੱਕ ਕੇ ਤਾਂ ਨਾ ਬੈਠਾ ਰਹਿੰਦਾ ਸਹੀ ਆ ਅੱਛਾ ਤੁਸੀਂ ਇੰਡੀਆ 'ਚ ਵੀ ਬਹੁਤ ਕੰਮ ਕੀਤਾ ਹਾਂਜੀ ਅਤੇ ਕਪਿਲ ਸ਼ਰਮਾ ਸ਼ੋਅ 'ਚ ਵੀ ਤੁਸੀਂ ਬਹੁਤ ਕੰਮ ਕੀਤਾ ਵਧੀਆ ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋ ਉਹਨਾਂ ਨੇ ਬੁਲਾਇਆ ਇੱਜ਼ਤ ਦਿੱਤੀ ਆਪਾਂ ਜਾ ਕੇ ਉੱਥੇ ਕੰਮ ਕੀਤਾ ਅਤੇ ਜਿੰਨਾ ਹੋ ਸਕਿਆ ਆਪਾਂ ਉਹਨਾਂ ਦੇ ਨਾਲ ਪਾਰਟੀਸਪੇਟ ਕੀਤਾ ਫਿਰ ਦੂਸਰਾ ਕਿ ਚਾਹਣ ਵਾਲੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੇ ਇਸ ਗੱਲ ਨੂੰ ਮਤਲਬ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਅੱਜ ਕੱਲ੍ਹ ਟਿਕਟੋਕ ਦੇ ਉੱਤੇ ਤੁਹਾਨੂੰ ਪਤਾ ਕਿ ਰੀਲਸ ਜਿਹੜੀਆਂ ਬਣਦੀਆਂ ਨੇ ਉਹਦੇ 'ਚ ਬਹੁਤ ਜ਼ਿਆਦਾ ਕਲਿੱਪ ਆ ਰਹੇ ਨੇ ਹਾਂਜੀ ਔਰ ਐਸੇ ਐਸੇ ਕਲਿੱਪ ਆ ਰਹੇ ਨੇ ਜਿਹਨਾਂ ਦਾ ਜਿਹੜੇ ਮੈਨੂੰ ਵੀ ਭੁੱਲ ਗਏ ਸਨ ਅੱਛਾ ਤੋ ਜਦੋਂ ਉਹਨਾਂ ਦਾ ਰਿਸਪੌਂਸ ਆਉਂਦਾ ਫਿਰ ਬਹੁਤ ਖੁਸ਼ੀ ਹੁੰਦੀ ਪੜ੍ਹ ਕੇ ਸੁਣ ਕੇ ਸਹੀ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਚੰਗੇ ਲੱਗੀ ਹੈ ਤੇ ਸਰ ਤੁਹਾਡਾ ਫਿਰ ਜੀ ਕਰਦਾ ਤੁਸੀਂ ਜਾਓ ਉੱਥੇ ਕੰਮ ਕਰੋ ਜਦੋਂ ਮੈਂ ਨਹੀਂ ਸੀ ਗਿਆ ਮੈਨੂੰ ਉਦੋਂ ਵੀ ਨਹੀਂ ਸੀ ਪਤਾ ਕਿ ਮੈਂ ਜਾਵਾਂਗਾ ਅੱਛਾ ਮਤਲਬ ਮੇਰੇ ਵਹਿਮੁਖ ਮਨ 'ਚ ਵੀ ਨਹੀਂ ਸੀ ਕਿ ਮੈਂ ਕਦੀ ਉਸ ਮੁਲਕ 'ਚ ਜਾ ਕੇ ਐਡੇ ਵੱਡੇ ਸ਼ੋਅ ਦਾ ਹਿੱਸਾ ਬਣਾਂਗਾ ਔਰ ਐਸੇ ਐਸੀ ਸੈਲੀਬ੍ਰਿਟੀਜ਼ ਦੇ ਨਾਲ ਕੰਮ ਕਰਾਂਗਾ ਔਰ ਐਸਾ ਕੰਮ ਕਰਾਂਗਾ ਮਤਲਬ ਮੇਰੇ ਵਹਿਮੁਖ ਮਨ 'ਚ ਵੀ ਨਹੀਂ ਸੀ ਮੈਂ ਆਪਣੇ ਆਪ ਨੂੰ ਕਦੀ ਮਤਲਬ ਇਸ ਸਟੇਜ 'ਤੇ ਸੋਚਿਆ ਹੀ ਨਹੀਂ ਸੀ ਮੈਂ ਆਪਣੇ ਆਪ ਨੂੰ ਇਸ ਕਾਬਲ ਸਮਝਦਾ ਨਹੀਂ ਸੀ ਅਤੇ ਉਹਦੇ ਦੇਣ ਦੇ ਤਰੀਕੇ ਨੇ ਇਨਸਾਨ ਨੂੰ ਉਸ ਤਰ੍ਹਾਂ ਲੈਣਾ ਨਹੀਂ ਆਉਂਦਾ ਜਿਵੇਂ ਰੱਬ ਨੂੰ ਦੇਣਾ ਆਉਂਦਾ ਬਿਲਕੁਲ ਅਤੇ ਉਹਨੇ ਅਤਾ ਕੀਤਾ ਦੇ ਦਿੱਤਾ ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ ਸਰ ਟੈਲੈਂਟ ਨੂੰ ਤਾਂ ਕੋਈ ਨਹੀਂ ਰੋਕ ਸਕਦਾ ਦੇਖੋ ਟੈਲੈਂਟ ਦੇ ਵਿੱਚ ਜਦੋਂ ਤੱਕ ਰੱਬ ਦੀ ਰਹਿਮਤ ਨਾ ਹੋਵੇ ਤੁਹਾਡੀ ਸਾਰੀਆਂ ਚੀਜ਼ਾਂ ਤੁਹਾਡੀਆਂ ਅਕਲਮੰਦੀਆਂ ਤੁਹਾਡੀਆਂ ਹੁਸ਼ਿਆਰੀਆਂ ਤੁਹਾਡੀਆਂ ਚਲਾਕੀਆਂ ਸਾਰੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਬੇਸ਼ੱਕ ਅਤੇ ਉਹ ਜਦੋਂ ਆਪਣਾ ਮਿਹਰਬਾਨੀ ਕਰਨ 'ਤੇ ਆਵੇ ਨਾ ਉਹ ਫਿਰ ਬੇਵਕੂਫ ਵੀ ਜਿਹੜੇ ਨੇ ਚੰਗੇ ਲੱਗਣ ਲੱਗ ਪੈਂਦੇ ਨੇ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਮੈਨੂੰ ਵੀ ਲੋਕ ਪਹਿਲੇ ਬੇਵਕੂਫੀ ਕਹਿੰਦੇ ਸੀ ਮੈਂ ਚੰਗੀ ਲੱਗਣ ਲੱਗ ਗਈ ਸਾਰਿਆਂ ਨੂੰ ਅੱਛਾ ਸਰ ਕਿੰਨਾ ਅਰਸਾ ਤੁਸੀਂ ਉੱਥੇ ਕੰਮ ਕੀਤਾ ਤਕਰੀਬਨ ਇੰਡੀਆ 'ਚ ਮੈਂ 2009 ਤੋਂ ਸਟਾਰਟ ਕੀਤਾ ਸੀ ਅਤੇ 2016 ਦੇ ਐਂਡ ਤੱਕ ਮੈਂ ਮਤਲਬ ਰੈਗੂਲਰ ਕੰਮ ਕਰਦਾ ਰਿਹਾ ਵਾਹ ਵਾਹ ਕੰਮ ਕੀਤਾ ਤੁਸੀਂ ਹਾਂ ਸ਼ੋਅ ਕਾ ਆਪਣਾ ਲਾਫਟਰ ਸ਼ੋਅ ਕੀਤਾ ਸੀ ਇੱਕ ਆਪਣਾ ਲਾਫ ਇੰਡੀਆ ਲਾਫ ਉਹ ਕੰਪਟੀਸ਼ਨ ਸੀ ਫਿਰ ਉਸ ਤੋਂ ਬਾਅਦ ਕਾਮੇਡੀ ਨੂੰ ਟੰਕੀ ਥੀਏਟਰ ਕੀਤਾ
ਉਸ ਤੋਂ ਬਾਅਦ ਫਿਰ ਕਾਮੇਡੀ ਨਾਈਟ ਕਪਲ ਕੀਤਾ, ਕਾਮੇਡੀ ਨਾਈਟ ਕਪਲ ਦੇ ਨਾਲ ਫਿਰ ਕਾਮੇਡੀ ਨਾਈਟ ਬਚਾਓ ਕੀਤਾ। ਅੱਛਾ ਸਰ, ਇਹ ਮਤਲਬ ਸਟੇਜ ਜਦੋਂ ਕਰਦੇ ਕਦੀ ਕਦੀ ਤੇ ਅੱਧੀ ਰਾਤ ਵੀ ਪੈ ਜਾਂਦੀ ਕੰਮ ਕਰਦੇ ਕਰਦੇ, ਬੁੱਢੀ ਨੇ ਕਦੀ ਸ਼ੱਕ ਕੀਤਾ ਹੋਵੇ? ਨਹੀਂ, ਬੁੱਢੀ ਸ਼ੱਕ ਨਹੀਂ ਕਰਦੀ, ਉਹ ਯਕੀਨ ਕਰਦੀ ਹੈ। ਹਾਂ ਕਿ ਇੰਜ ਦੇ ਹੀ ਆ, ਇੰਜ ਦੇ, ਕਿਉਂਕਿ ਬੀਵੀ ਜਿਹੜੀ ਹੁੰਦੀ ਨਾ ਜੀ, ਇਹ ਜਿਹੜੀ ਸ਼ੱਕ ਨਾ ਕਰੇ ਨਾ, ਫਿਰ ਉਸ ਔਰਤ 'ਤੇ ਸ਼ੱਕ ਕਰੋ। ਆ ਤਾਂ ਨਾ ਨਾ ਕਹੋ, ਹੁਣ ਸਾਰੀਆਂ ਸ਼ੱਕੀ ਨਹੀਂ ਹੁੰਦੀਆਂ। ਦੁਨੀਆਂ ਦੇ ਉੱਤੇ ਇੱਕ ਯੂਨੀਵਰਸਲ ਟਰੁੱਥ ਹੈ ਕਿ ਔਰਤ ਜਦੋਂ ਸ਼ਾਦੀ ਹੁੰਦੀ ਹੈ ਨਾ, ਉਹ ਖਲੀਲ ਉਮਰ ਕਮਰ ਸਾਹਿਬ ਨੇ ਇੱਕ ਡਰਾਮੇ 'ਚ ਡਾਇਲਾਗ ਲਿਖਿਆ ਸੀ, ਉਹ ਮੈਂ ਹੀ ਬੋਲਿਆ ਸੀ ਕਿ ਔਰਤ ਸ਼ੱਕ ਜੇ ਇਸ 'ਚ ਨਾਲ ਲੈ ਕੇ ਆਉਂਦੀ ਹੈ, ਸ਼ੱਕ ਉਹਦਾ ਬੁਨਿਆਦੀ ਹੱਕ ਹੁੰਦਾ। ਇਹ ਤਾਂ ਹੈ। ਅੱਛਾ ਸਰ, ਕਿੰਨੇ ਤੁਹਾਡੇ ਸ਼ਾਗਿਰਦ ਹੋਏ ਅੱਜ ਤੱਕ? ਸ਼ਾਗਿਰਦ ਮੇਰਾ ਕੋਈ ਵੀ ਨਹੀਂ ਹੋਇਆ, ਮੈਂ ਆਪਣੇ ਆਪ ਨੂੰ ਇਸ ਕਾਬਿਲ ਹੀ ਨਹੀਂ ਸਮਝਿਆ ਕਿ ਮੈਂ ਕਿਸੇ ਨੂੰ ਸਿਖਾ ਸਕਾਂਗਾ। ਔਰ ਸਭ ਤੋਂ ਜਿਹੜੀ ਖੂਬਸੂਰਤ ਗੱਲ ਉਹ ਹੈ ਕਿ ਇਸ ਕੰਮ ਦੇ ਵਿੱਚ ਕੋਈ ਸ਼ਾਗਿਰਦ ਹੁੰਦਾ ਹੀ ਨਹੀਂ, ਕੋਈ ਉਸਤਾਦ ਹੁੰਦਾ ਹੀ ਨਹੀਂ। ਐਕਟਿੰਗ ਆਉਂਦੀ ਹੈ ਜਾਂ ਨਹੀਂ ਆਉਂਦੀ, ਡਾਇਰੈਕਸ਼ਨ ਤੁਹਾਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਤੁਸੀਂ ਸਿੱਖ ਕੇ ਨਹੀਂ ਕਰ ਸਕਦੇ। ਜੇ ਸਿੱਖ ਕੇ ਕਰਦੇ ਹੋਈਏ ਨਾ, ਫਿਰ ਅਮਿਤਾਭ ਬੱਚਨ ਆਪਣੇ ਪੁੱਤਰ ਨੂੰ ਜ਼ਰੂਰ ਸਿਖਾਉਂਦਾ, ਮਨੋਵਰ ਸ਼ਰੀਫ ਆਪਣੇ ਪੁੱਤਰ ਨੂੰ ਜ਼ਰੂਰ ਸਿਖਾਉਂਦਾ, ਵੈਂਦਰਾਜ ਆਪਣੇ ਪੁੱਤਰ ਨੂੰ ਜ਼ਰੂਰ ਸਿਖਾਉਂਦਾ, ਸੁਲਤਾਨ ਰਹੀ ਆਪਣੇ ਪੁੱਤਰ ਨੂੰ ਜ਼ਰੂਰ ਸਿਖਾਉਂਦਾ। ਇਹ ਵੀ ਸਹੀ ਆ। ਅੱਛਾ, ਮੈਂ ਕਈ ਕਾਮੇਡੀਅਨਸ ਦੇਖੇ ਨਾ, ਉਹ ਜਿਹੜੇ ਸੀਨੀਅਰ ਹੁੰਦੇ ਤੇ ਉਹ ਕਹਿੰਦੇ ਆ ਵੀ ਸ਼ਗੀਰਦ ਆ ਮੇਰਾ, ਆ ਵੀ ਸ਼ਗੀਰਦ। ਨਹੀਂ, ਉਹਨਾਂ ਨੇ ਸੌਦੇ ਮੰਗਵਾਉਣੇ ਹੁੰਦੇ ਨੇ ਉਹਨਾਂ ਕੋਲੋਂ, ਨਾਲੇ ਲੱਤਾਂ ਕਟਵਾਉਣੀਆਂ ਹੁੰਦੀਆਂ ਨੇ। ਅੱਛਾ, ਇਸ ਗੱਲ ਦਾ ਨਾਮ ਸੌਦੇ ਸ਼ਗੀਰਦੀ ਹੁੰਦਾ। ਅੱਛਾ, ਬਸ ਉਹ ਡੋਰੀ ਜਿਹੀ ਬੰਨ ਕੇ ਨਾ ਸੌਦੇ, ਬਸ ਡੋਰੀ ਜਿਹੀ ਬੰਨ ਕੇ ਹੁਣ ਕਿਤੇ ਜਾਏ ਨਾ। ਤੁਸੀਂ ਮਤਲਬ ਕਦੀ ਨਹੀਂ ਕੋਸ਼ਿਸ਼? ਨਹੀਂ ਨਹੀਂ ਨਹੀਂ, ਮੈਂ ਮਤਲਬ ਇਸ ਕਾਬਿਲ ਹੈ ਹੀ ਨਹੀਂ ਕਿ ਮੈਂ ਕਿਸੇ ਨੂੰ ਸਿਖਾ ਸਕਾਂ, ਮੇਰਾ ਆਪਣਾ ਪੂਰਾ ਹੋ ਗਿਆ। ਬੜੀ ਗੱਲ ਸਰ, ਜਾਣਦੇ ਹੋ ਇੰਨਾ ਟੈਲੈਂਟ ਆ ਤੁਹਾਡੇ ਵਿੱਚ। ਗੱਲ ਟੈਲੈਂਟ ਦੀ ਨਹੀਂ, ਗੱਲ ਹੁੰਦੀ ਕਿ ਤੁਹਾਡਾ ਹਰ ਦਿਨ ਇੱਕ ਨਵਾਂ ਦਿਨ ਹੁੰਦਾ। ਉਸ ਟਰੈਕ ਤੇ ਚੜ੍ਹਨ ਵਾਸਤੇ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ ਜੀ। ਪਹਿਲੇ ਤੁਸੀਂ ਕੈਰੈਕਟਰ ਨੂੰ ਬਣਾਉਣਾ, ਫਿਰ ਤੁਸੀਂ ਉਹਨੂੰ ਮਤਲਬ ਯਾਦ ਕਰਨਾ, ਯਾਦ ਕਰਕੇ ਫਿਰ ਉਹਦੀ ਅਦਾਕਾਰੀ ਕਰਨੀ, ਫਿਰ ਉਸ ਤੋਂ ਬਾਅਦ ਉਹਨੂੰ ਤੁਸੀਂ ਰਿਕਾਰਡ ਕਰਾਉਣਾ, ਰਿਕਾਰਡ ਕਰਾਉਣ ਤੋਂ ਬਾਅਦ ਚੱਲਣਾ, ਫਿਰ ਉਸ ਤੋਂ ਬਾਅਦ ਤੁਹਾਡੇ ਵਾਸਤੇ ਦੁਆ ਤੁਸੀਂ ਕਰਦੇ ਹੋ ਕਿ ਹੁਣ ਲੋਕਾਂ ਨੂੰ ਪਸੰਦ ਆ ਜਾਏ। ਜੇ ਉਹ ਤੁਹਾਨੂੰ ਤੁਹਾਡਾ ਨਾ ਪਸੰਦ ਆਇਆ, ਤੁਹਾਡੇ ਸਾਰੇ 'ਤੇ ਪਾਣੀ ਫਿਰ ਜਾਂਦਾ। ਹਾਂ, ਇਹ ਤਾਂ ਹੈ। ਅੱਛਾ ਸਰ, ਮੈਂ ਦੇਖੇ ਤੁਹਾਡੇ ਨਾ ਕਲਿੱਪ, ਵੈਸੇ ਮੈਂ ਅੱਜ ਤੱਕ ਸਟੇਜ ਡਰਾਮਾ ਦੇਖਣ ਗਈ ਨਹੀਂ ਆ, ਕਿਉਂਕਿ ਮੇਰੇ ਪੱਲੇ ਨਹੀਂ ਸੀ ਪੈਂਦੀਆਂ ਗੱਲਾਂ, ਲੇਕਿਨ ਹੁਣ ਥੋੜੀਆਂ ਥੋੜੀਆਂ ਪੈ ਲੱਗ ਗਈਆਂ। ਹੁਣ ਤੇ ਹੋ ਵੀ ਸਿੱਧੀਆਂ ਰਹੀਆਂ ਨਾ, ਬਰੀਕ ਤੇ ਹੋਈ ਨਹੀਂ ਰਹੀ। ਹਾਂਜੀ, ਤੇ ਮੈਂ ਤੁਹਾਡਾ ਡਾਂਸ ਦੇ ਕਲਿੱਪ ਦੇਖੇ, ਤੁਸੀਂ ਡਾਂਸ ਬਹੁਤ ਵਧੀਆ ਕਰਦੇ ਹੋ, ਕਿਹਦੇ ਕੋਲੋਂ ਸਿੱਖਿਆ? ਸਿੱਖਿਆ ਕਿਸੇ ਕੋਲੋਂ ਨਹੀਂ, ਬਸ ਤੁਸੀਂ ਸਮਝ ਲਓ ਕਿ ਹਾਲਾਤ ਕੋਲੋਂ ਹੀ ਸਿੱਖਿਆ। ਜਿਹੜਾ ਕਮੇਡੀਅਨ ਹੁੰਦਾ ਨਾ, ਉਹ ਟ੍ਰੇਲਰ ਹੁੰਦਾ, ਉਹਨੂੰ ਸਾਰਾ ਥੋੜ੍ਹਾ ਥੋੜ੍ਹਾ ਆਉਂਦਾ ਹੁੰਦਾ। ਹਾਂ, ਸਾਰਾ ਕੁਛ ਥੋੜ੍ਹਾ ਥੋੜ੍ਹਾ ਆਉਂਦਾ ਹੁੰਦਾ, ਠੀਕ ਹੈ, ਥੋੜ੍ਹਾ ਜਿਹਾ ਡਾਂਸ ਆਉਂਦਾ ਅਤੇ ਥੋੜ੍ਹੀ ਜਿਹੀ ਮਤਲਬ ਜਜ਼ਬਾਤੀ ਐਕਟਿੰਗ ਕਰ ਲਏ, ਇਹ ਕਰ ਲਏ, ਉਹ ਕਰ ਲਏ ਕਰਕੇ ਜਦੋਂ ਲੋਕਾਂ ਨੂੰ ਚੱਲਦਾ ਰਹਿੰਦਾ। ਉਹ ਜਦੋਂ ਕਮੇਡੀਅਨ ਆਪਣੇ ਆਪ ਨੂੰ ਮੁਕੰਮਲ ਕਿਧਰੇ ਸਮਝਣ ਲੱਗਦਾ ਨਾ, ਕਿ ਮੈਂ ਹੁਣ ਪ੍ਰੋਪਰ ਹੀਰੋ ਬਣ ਕੇ ਕਰਾਂ ਜਾਂ ਮੈਂ ਪ੍ਰੋਪਰ ਡਾਂਸ ਕਰਾਂ, ਉਹਦੇ 'ਚ ਉਹਦੀ ਗ੍ਰਿਫਤਾਰੀ ਪੈ ਜਾਂਦੀ ਹੈ। ਸਹੀ, ਇਸ ਤਰ੍ਹਾਂ ਦੀਆਂ ਬੜੀਆਂ ਮਿਸਾਲਾਂ ਨੇ। ਤੁਹਾਡੇ ਦਿਲ ਦੇ ਵਿੱਚ ਗੱਲ ਆਈ ਕਿ ਤੁਸੀਂ ਐਜ਼ ਆ ਹੀਰੋ ਕੰਮ ਕਰਨਾ ਚਾਹੁੰਦੇ ਹੋ? ਜਦੋਂ ਮੈਂ ਲਾਹੌਰ 'ਚ ਆਇਆ, ਮੈਂ ਕਦੀ ਵੀ ਫਿਲਮ ਇੰਡਸਟਰੀ ਵਾਲੇ ਪਾਸੇ ਸਟਰਗਲ ਕਰਨ ਗਿਆ ਹੀ ਨਹੀਂ। ਨਾ ਮੇਰੀਆਂ ਦੋਸਤੀਆਂ ਹੋਈਆਂ ਐਸੀਆਂ ਕਿ ਨਾ ਹੀ ਮੈਂ ਕਦੀ ਕਿਸੇ ਨੂੰ ਇਹ ਗੱਲ ਕਹੀ ਕਿ ਜੇ ਮੈਨੂੰ ਫਿਲਮ 'ਚ ਕੰਮ ਕਰਾਓ। ਮੈਨੂੰ ਪਤਾ ਸੀ ਇਸ ਗੱਲ ਦਾ ਕਿ ਮੈਂ ਹੀਰੋ ਨਹੀਂ ਆ ਸਕਦਾ। ਨਹੀਂ, ਤੁਸੀਂ ਵਧੀਆ ਸੀ, ਲੁੱਕ ਤੁਹਾਡੀ ਚੰਗੀ ਸੀ, ਹੀਰੋ ਆ ਸਕਦੇ ਸੀ ਤੁਸੀਂ। ਆ ਸਕਦੇ, ਫਿਰ ਆਪਣਾ ਬਾਬਰ ਅਲੀ ਕਿਉਂ ਫਰਕ ਹੋ ਗਿਆ? ਫਿਰ ਐਡੇ ਵੱਡੇ ਹੀਰੋ ਮੁਹੰਮਦ ਆਨਾ, ਇਹ ਸਾਰੇ ਕਿਉਂ ਫਰਕ ਬੈਠੇ ਨੇ ਵਿਚਾਰੇ? ਆ ਹੁਣ ਉਹਨਾਂ ਦੀ ਉਮਰ ਹੋ ਗਈ ਨਾ। ਉਮਰ ਨਹੀਂ, ਉਹ ਤੇ ਆਪਣਾ ਸ਼ਾਰਪ ਤੋਂ ਤੇ ਸਾਰੇ ਛੋਟੇ ਨੇ, ਲੇਕਿਨ ਆਪਣੀ ਇੰਡਸਟਰੀ ਦਾ ਹਿਸਾਬ ਹੋਰ ਆ ਨਾ। ਹਾਂ, ਇਹੀ ਤੇ ਰੋਲਾਵਾ। ਉਹ ਖਵਾਜਾ ਪ੍ਰਵੇਸ਼ ਸਾਹਿਬ ਦਾ ਇੱਕ ਸ਼ੇਰ ਸੀ ਕਿ ਜਿਹਨੂੰ ਅਕਲ ਹੋਵੇ, ਜਿਹਨੂੰ ਸ਼ੌਹਰ ਹੋਵੇ, ਉਹਨੂੰ ਪੁੱਜ ਕੇ ਸੂਲੀ ਚਾੜਦੇ ਨੇ, ਲੋਕੀ ਬੇਕਦਰੀ ਦੀ ਪੱਠੀ ਵਿੱਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਤੁਹਾਨੂੰ ਚੜਦਾ ਪੰਜਾਬ ਤੋਂ ਆਫਰਸ ਤੇ ਆਈ ਹੋਣੀ ਮੂਵੀਜ਼ ਵਾਸਤੇ? ਮੈਂ ਮੂਵੀ ਕਰਕੇ ਆਇਆ, ਮੇਰੀ ਆਪਣਾ ਰੀਸੈਂਟਲੀ ਇੱਕ ਫਿਲਮ ਮੇਰੀ ਰਿਲੀਜ਼ ਹੋਈ ਸੀ, ਮਾਂ ਦਾ ਲਾਡਲਾ, ਬੜੀ ਹਿੱਟ ਗਈ ਸੀ ਫਿਲਮ। ਇੱਕ ਮੈਂ ਫਿਲਮ ਕਰਕੇ ਆਇਆ ਸੀ ਫੱਟੇ ਦਿਨ ਦੇ ਚੱਕ ਪੰਜਾਬੀ, ਉਹਦੇ 'ਚ ਮੈਂ ਅਤੇ ਅਹਿਮਦ ਭੱਟ ਕਰਕੇ ਆਇਆ ਸੀ, ਉਹ ਅਜੇ ਰਿਲੀਜ਼ ਹੋਣੀ। ਹੁਣ ਤੱਕ ਤੁਸੀਂ ਕਿੰਨੀਆਂ ਫਿਲਮਾਂ ਕਰ ਲਈਆਂ? ਮੈਂ 2 ਫਿਲਮਾਂ ਕੀਤੀਆਂ ਨੇ। 2 ਫਿਲਮਾਂ, ਅੱਗੇ ਵੀ ਤੁਹਾਨੂੰ ਆਫਰਸ ਆਈਆਂ ਹੋਣੀਆਂ ਯਕੀਨ? ਆਫਰਸ ਬਹੁਤ ਜ਼ਿਆਦਾ ਆਈਆਂ ਨੇ, ਲੇਕਿਨ ਮੈਂ ਚੁੱਕੇ ਆਪਣੇ ਕੰਮ ਨੂੰ, ਆਪਣੀ ਕਮਿਟਮੈਂਟ ਨੂੰ ਜ਼ਿਆਦਾ ਮਤਲਬ ਅਹਿਮੀਅਤ ਦੇਣਾ। ਕਦੀ ਤੁਹਾਨੂੰ ਮੌਕਾ ਮਿਲੇ ਅਗਰ ਦਿਲਜੀਤ ਦੋਸਾਂਝ ਜੀ ਨਾਲ ਫਿਲਮ ਕਰਨ ਦਾ, ਤਾਂ ਜ਼ਿਕਰ ਜ਼ਰੂਰ ਕਰੀਓ ਮੇਰਾ। ਹਾਂ, ਜ਼ਰੂਰ ਕਰਾਂਗੇ ਇਨਸ਼ਾਅੱਲਾ। ਦੱਸਿਓ ਉਹਨਾਂ ਨੂੰ ਕਿ ਸਭ ਤੋਂ ਜ਼ਿਆਦਾ ਕਰੀਬੀ ਦੋਸਤ ਇਸ ਇੰਡਸਟਰੀ ਚ ਕੌਣ ਹੈ ਤੁਹਾਡਾ? ਦੋਸਤ ਮੇਰੇ ਸਾਰੇ ਹੀ ਨੇ, ਮਤਲਬ ਸਭ ਨਾਲ ਮੁਹੱਬਤ ਹੈ, ਲੇਕਿਨ ਜਿਹੜੀ ਇਸ ਵੇਲੇ ਕਰੀਬੀ ਮੇਰੀ ਮੁਹੱਬਤ ਹੈ, ਜਿਹੜੀ ਮੇਰੀ ਦੋਸਤੀ ਹੈ, ਮਤਲਬ ਜਿਗਰ ਰਾਹਤ ਫਤਿਹ ਅਲੀ ਖਾਨ ਸਾਹਿਬ। ਅੱਛਾ, ਦੋਸਤੀ ਜਿਹੜੀ ਹੁੰਦੀ ਤੁਹਾਡੀ, ਮਤਲਬ ਕਿਸੇ ਐਸੇ ਬੰਦੇ ਨਾਲ ਹੁੰਦੀ ਹੈ ਜਿਹਦਾ ਤੁਹਾਡੇ ਨਾਲ ਉਸ ਮਾਮਲੇ ਦੇ ਵਿੱਚ ਉਸ ਕੰਮ ਦੇ ਨਾਲ ਤਾਲੁਕ ਨਹੀਂ ਹੁੰਦਾ। ਦੋਸਤੀ ਬਗੈਰ ਲਾਲਚ ਤੋਂ ਹੁੰਦੀ ਹੈ।
ਹਾਂ ਜਦੋਂ ਅਸੀਂ ਜਿਹੜੇ ਇਕੱਠੇ ਬੈਠਨੇ ਸਾਨੂੰ ਇੱਕ ਦੂਸਰੇ ਨਾਲ ਲਾਲਚ ਹੁੰਦਾ ਚੜ੍ਹਦਾ ਪੰਜਾਬ ਮੈਨੂੰ ਵੀ ਆਫਰ ਆਈ ਫਿਲਮ ਕਰਨ ਮੈਂ ਗਈ ਵੀ ਸੀ ਐਮ ਈ ਵਿਰਕ ਸਾਹਿਬ ਦੀ ਆਪਾਂ ਦੇ ਜਿਹੜੇ ਸੀਨੀਅਰ ਹੋਰ ਆਰਟਿਸਟ ਨੇ ਨਾਮ ਮੈਂ ਨਹੀਂ ਲਵਾਂਗੀ ਅਤੇ ਕਿਉਂ ਚਾਹੁੰਦੇ ਕਿ ਪਾਕਿਸਤਾਨ ਦੇ ਹੋਰ ਲੋਕ ਉੱਥੇ ਕੰਮ ਨਾ ਕਰਨ ਕਿਉਂ ਮੈਂ ਐਸਾ ਫੀਲ ਕੀਤਾ ਹੈ ਵਾਇਸ਼ ਹੈ ਦੇਖੋ ਹਰ ਬੰਦਾ ਜਿਹੜਾ ਨਾ ਇਨਸਕਿਓਰ ਹੁੰਦਾ ਨਹੀਂ ਆਪਣੇ ਟੈਲੈਂਟ 'ਤੇ ਯਕੀਨ ਇੰਨਾ ਹੋਣਾ ਚਾਹੀਦਾ ਨਹੀਂ ਨਾ ਯਕੀਨ ਨਹੀਂ ਹੁੰਦਾ ਤਾਂ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ ਜਦੋਂ ਤੁਹਾਨੂੰ ਆਪਣੇ ਟੈਲੈਂਟ 'ਤੇ ਯਕੀਨ ਹੋਏਗਾ ਤੁਹਾਨੂੰ ਜੋ ਪਤਾ ਕਿ ਇੱਕ ਬੰਦਾ ਇੱਥੇ ਹੋਰ ਆ ਗਿਆ ਅਤੇ ਮੈਂ ਸੈਕਿੰਡ ਹੋ ਜਾਵਾਂਗਾ ਅਤੇ ਤੁਸੀਂ ਸੈਕਿੰਡ ਹੋਣਾ ਨਹੀਂ ਚਾਹੁੰਦੇ ਤਾਂ ਤੁਹਾਡੀ ਜਗ੍ਹਾ 'ਤੇ ਤੁਹਾਡੇ ਨਾਲ ਕੋਈ ਦੂਸਰਾ ਬੰਦਾ ਆਵੇ ਹੀ ਨਾ ਇਹ ਕੋਸ਼ਿਸ਼ ਹੋਏਗੀ ਤਾਂ ਤੁਹਾਡੇ ਕੋਲ ਕੰਮ ਲਿਆ ਜਾਏਗਾ ਇਸ ਤਰ੍ਹਾਂ ਮਤਲਬ ਸਾਡੇ ਜ਼ਿਆਦਾਤਰ ਅਸੀਂ ਜੁਗਾੜ ਦੇ ਆਪਣਾ ਚੱਕਰ 'ਚ ਹੁੰਦੇ ਹਾਂ ਪਰ ਸਰ ਮੇਰਾ ਮੰਨਣਾ ਵਾ ਮੈਂ ਤਾਂ ਕੱਖ ਵੀ ਨਹੀਂ ਹਾਂ ਤੁਹਾਡੇ ਸਾਰੇ ਅੱਗੇ ਤੁਸੀਂ ਬਹੁਤ ਸੀਨੀਅਰ ਹੋ ਕੱਖ ਵੀ ਨਹੀਂ ਮੈਂ ਲੇਕਿਨ ਮੇਰਾ ਇਹ ਮੰਨਣਾ ਕਿ ਅਗਰ ਇਨਸਾਨ ਦੀ ਨੀਅਤ ਦਿਲ ਸਾਫ਼ ਹੋਵੇ ਤਾਂ ਰੱਬ ਆਪ ਹੀ ਰਾਹ ਖੋਲ੍ਹਦਾ ਆਣਾ ਜਦੋਂ ਤੁਹਾਡੀ ਵਾਰੀ ਹੋਏਗੀ ਨਾ ਜਿਸ ਦਿਨ ਤੁਹਾਡਾ ਡੇ ਹੋਏਗਾ ਉਸ ਡੇ ਨੂੰ ਕੋਈ ਨਹੀਂ ਰੋਕ ਸਕਦਾ ਇਹ ਰੱਬ ਦੇ ਕੰਮ ਨੇ ਫਿਰ ਤੁਸੀਂ ਟੈਲੈਂਟਡ ਹੋ ਜਾਂ ਨਹੀਂ ਹੋ ਜੀ ਠੀਕ ਹੈ ਵਾਰੀ ਆਉਣੀ ਚਾਹੀਦੀ ਹੈ ਜੀ ਚਾਹਤ ਫਤਿਹ ਅਲੀ ਖਾਨ ਦੀ ਵਾਰੀ ਆਈ ਹੈ ਨਾ ਕੁਛ ਆਉਂਦਾ ਉਹਨੂੰ ਨਹੀਂ ਕੈਸਾ ਫੇਮ ਹੈ ਉਹਦੇ ਕੋਲ ਹਾਂਜੀ ਇਹ ਤੇ ਅਖਤਰ ਲਾਵੇ ਨੂੰ ਕੁਛ ਆਂਦਾ ਨਹੀਂ ਕੈਸੀ ਵਾਰੀ ਆਈ ਉਹਦੀ ਬਸ ਇਹ ਰੱਬ ਨੇ ਉਹਨਾਂ ਨੂੰ ਵਾਰੀ ਦਿੱਤੀ ਅੱਲਾ ਜਾਣੇ ਉਹਨਾਂ ਦੀ ਕਿਹੜੀ ਦੁਆ ਅਸੀ ਸੀ ਜਾਂ ਕਿਹੜਾ ਐਸਾ ਗੱਲ ਸੀ ਜਿਹਦੇ ਨਾਲ ਉਹਨਾਂ ਨੂੰ ਫੇਮ ਮਿਲਿਆ ਉਹਨਾਂ ਨੂੰ ਕਿਹੜੀ ਸੈਟਿਸਫੈਕਸ਼ਨ ਮਿਲ ਗਈ ਹੈ ਜਿਹੜੀ ਉਹ ਦੁਨੀਆਂ ਦੇ ਉੱਤੇ ਖੁਸ਼ੀਆਂ ਲੈ ਰਹੇ ਨੇ ਮੈਂ ਉਹਨਾਂ ਦੇ ਖਿਲਾਫ਼ ਗੱਲ ਨਹੀਂ ਕਰ ਰਿਹਾ ਨਾ ਉਹਨਾਂ ਦੇ ਖਿਲਾਫ਼ ਮੈਂ ਸਿਰਫ ਅੱਲਾ ਦੀ ਰਜ਼ਾ ਦੇ ਆਪਣਾ ਖੁਸ਼ ਹੁੰਦਾ ਕਿ ਰੱਬ ਨੇ ਉਹਨਾਂ ਨੂੰ ਵਾਰੀ ਦਿੱਤੀ ਹੈ ਮੇਰੇ ਆਸੇ ਉਹ ਮੁਹਤਰਮ ਨੇ ਸਹੀ ਆ ਸਰ ਤੁਹਾਡੀ ਫੇਵਰੇਟ ਹੀਰੋਇਨ ਕੌਣ ਆ ਸਾਰੀਆਂ ਹੀਰੋਇਨਾਂ ਨੇ ਕੰਮ ਕਰ ਰਹੀਆਂ ਨੇ ਫਿਰ ਉਹਦੇ 'ਚ ਜਿਹੜੀ ਮਤਲਬ ਅੱਛਾ ਕੈਰੈਕਟਰ ਕਰੇ ਜਾਂ ਜਿਹੜਾ ਅੱਛਾ ਕੰਮ ਕਰੇ ਮੇਰਾ ਟੈਲੀਵਿਜ਼ਨ ਪ੍ਰੋਜੈਕਟ ਚੱਲ ਰਿਹਾ ਸੀ ਹੀਰ ਦਾ ਹੀਰੋ ਉਹਦੇ 'ਚ ਇਮਰਾਨ ਅਸ਼ਰਫ ਦੇ ਨਾਲ ਮੇਰਾ ਇੰਟਰੈਕਸ਼ਨ ਹੋਇਆ ਅਸੀਂ ਕੰਮ ਕੀਤਾ ਅੱਜ ਮੈਂ ਐਪੀਸੋਡ ਵੇਖ ਕੇ ਮੈਂ ਇਮਰਾਨ ਨੂੰ ਫੋਨ ਕੀਤਾ ਅਤੇ ਮੈਂ ਉਹਨੂੰ ਬੜੀ ਦਾਤ ਦਿੱਤੀ ਮੈਂ ਕਿਹਾ ਯਾਰ ਮਤਲਬ ਐਕਸੀਲੈਂਟ ਤੂੰ ਬੜਾ ਹੀ ਖਤਰਨਾਕ ਐਕਟਰ ਹੈ ਤੂੰ ਤੂੰ ਅੱਗੋਂ ਮੇਰੀਆਂ ਤਰੀਫਾਂ ਕਰਦੇ ਰਹਿੰਦਾ ਛੋਟਾ ਭਰਾ ਹੈ ਨਾ ਉਹ ਭਾਈ ਮੈਨੂੰ ਤਾਂ ਤੁਹਾਡੇ ਨਾਲ ਇੰਜੋਏ ਹੋਇਆ ਮਜ਼ਾ ਆ ਗਿਆ ਵਾ ਅਤੇ ਇਮਰਾਨ ਦੇ ਨਾਲ ਮਿਲ ਕੇ ਵੀ ਮੈਨੂੰ ਲੱਗਾ ਵੀ ਕਿ ਮਤਲਬ ਇੱਕ ਜੂਨੀਅਰ ਇੱਕ ਛੋਟਾ ਭਰਾ ਮਤਲਬ ਬੜਾ ਜ਼ਬਰਦਸਤ ਐਕਟਰ ਐਕਟਰ ਦੇ ਅੱਛਾ ਹੋਣ ਵਾਸਤੇ ਉਹਦਾ ਅੱਛਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੁੰਦਾ ਤੁਹਾਡੀ ਉਸ ਗੱਲ ਦਾ ਵੀ ਜਵਾਬ ਇਹਦੇ 'ਚ ਆ ਗਿਆ ਕਿ ਜਿਹੜੇ ਤੁਹਾਨੂੰ ਉੱਥੋਂ ਕੱਟ ਕਰਾਉਂਦੇ ਨੇ ਉਹ ਇਹਦਾ ਮਤਲਬ ਅੱਛੇ ਇਨਸਾਨ ਨਹੀਂ ਅੱਛੇ ਇਨਸਾਨ ਨਹੀਂ ਤੱਟ ਦੋ ਇਸ ਵਾਸਤੇ ਡਰਦੇ ਪਏ ਨੇ ਕਿ ਉਹ ਅੱਛੇ ਐਕਟਰ ਵੀ ਨਹੀਂ ਪਤਾ ਨਹੀਂ ਸਰ ਮੈਂ ਕਹਿ ਨਹੀਂ ਸਕਦੀ ਨਹੀਂ ਨਹੀਂ ਕੋਈ ਨਹੀਂ ਖੈਰ ਜੀ ਇਹ ਤਾਂ ਚੱਲਦੀਆਂ ਨੇ ਚੀਜ਼ਾਂ ਹਾਂਜੀ ਖੁਸ਼ਕਿਸਮਤੀ ਹਰ ਬੰਦੇ ਦੇ ਦਰਵਾਜ਼ੇ ਤੇ ਆ ਕੇ ਨੌਕ ਕਰਦੀ ਹੈ ਜੀ ਉਸ ਵੇਲੇ ਦਰਵਾਜ਼ਾ ਕੌਣ ਖੋਲਦਾ ਵੇਖਿਆ ਜਾਂਦਾ ਤੁਸੀਂ ਉਹਦਾ ਇੰਤਜ਼ਾਰ ਕਰੋ ਧਿਆਨ 'ਚ ਬੈਠੋ ਤੁਹਾਡੀ ਵਾਰੀ ਆਏਗੀ ਮੈਂ ਤਾਂ ਦਰਵਾਜ਼ਾ ਖੋਲਿਆ ਸੀ ਪਰ ਉਧਰੋਂ ਬਦੋ ਬਦੀ ਬੰਦ ਹੋ ਗਿਆ ਫਿਰ ਕਦੀ ਨਹੀਂ ਦਰਵਾਜ਼ੇ ਅੰਦਰੋਂ ਹੀ ਖੋਲਦੇ ਹੁੰਦੇ ਨੇ ਇਹ ਵੀ ਆ ਅੱਛਾ ਫਿਰ ਉਹੀ ਸਵਾਲ ਤੁਸੀਂ ਫੀਮੇਲ ਦੇ ਕਿਸੇ ਦਾ ਨਾਮ ਨਹੀਂ ਲਿਆ ਨਹੀਂ ਮੈਂ ਮਤਲਬ ਕਿਸੇ ਇੱਕ ਦੇ ਉੱਤੇ ਮਤਲਬ ਨਹੀਂ ਸਭਾ ਕਮਰ ਬਹੁਤ ਅੱਛੀ ਹੈ ਅੱਛਾ ਮੈਂ ਲੜਾਈ ਤੇ ਪਵਾਵਾਂ ਤੇਰਾ ਪੁਆੜਾ ਪਵਾਵਾਂ ਨਹੀਂ ਇਸ ਗੱਲ ਦੀ ਮੈਨੂੰ ਕੋਈ ਫਿਕਰ ਨਹੀਂ ਅੱਛਾ ਇਸ ਗੱਲ ਦੀ ਮੇਰੇ ਘਰ ਦੇ ਵਿੱਚ ਕੋਈ ਗੱਲ ਹੁੰਦੀ ਨਹੀਂ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਮੈਨੂੰ ਮਤਲਬ ਜਿਹੜੀ ਅਗਰ ਹੀਰੋਇਨ ਪਸੰਦ ਹੈ ਨਾ ਖੂਬਸੂਰਤੀ ਦੇ ਵਿੱਚ ਤੇ ਇਤਰਾਜ਼ ਫਿਲਮ ਤੋਂ ਬਾਅਦ ਜਿਹੜੀ ਮਤਲਬ ਲਾਈਕਿੰਗ ਵੱਧ ਗਈ ਸੀ ਉਹ ਕਰੀਨਾ ਕਪੂਰ ਸੀ ਕਰੀਨਾ ਕਪੂਰ ਸੁਣ ਲਓ ਭਾਬੀ ਜੀ ਕੀ ਕਹਿ ਰਹੇ ਆ ਸੁਣ ਲਿਆ ਨਾ ਤੁਸੀਂ ਕਰੀਨਾ ਕਪੂਰ ਸੀ ਇਹ ਮੈਨੂੰ ਲੱਗਦਾ ਇਸ ਵਾਸਤੇ ਗਏ ਸੀ ਸ਼ੋਅ 'ਚ ਕਪਿਲ ਸ਼ਰਮਾ ਨੇ ਮੇਰੇ ਅੰਦਰ ਦਾ ਕਰੀਨਾ ਪੰਨ ਸੀ ਨਾ ਜਿਹੜਾ ਬਾਹਰ ਆ ਹਾਂ ਇਹ ਵੀ